नाभा में दिन दहाड़े स्टेट बैंक ऑफ इंडिया की शाखा में हुई लूट के मामले में पुलिस ने सुलझा लिया है। पुलिस ने 4 घंटे के अंदर ही आरोपियों को गिरफ्तार कर लिया है। आरोपियों से लूटी हुई रकम भी बरामद कर ली है। इस बात की जानकारी नाभा के SSP मनदीप सिंह ने दी। बता दें कि बदमाशों ने नाभा की अनाज मंडी में स्थित स्टेट बैंक ऑफ इंडिया की शाखा में घुसकर 50 लाख रुपए लूट लिए। इस दौरान लुटेरों ने बैंक कर्मी और वहां बैंक के मौजूद ग्राहकों को बंधक बना लिया। लुटेरों ने बैंक में तैनात सुरक्षा गार्ड को गोली मार दी और फरार हो गए। इलाज दौरान सुरक्षा गार्ड की भी मौत हो गई। इस घटना से पूरे क्षेत्र में दहशत का माहौल पैदा हो गया था। घटना की जानकारी मिलते ही SSP मनदीप सिंह सिद्धू लूट की शिकार हुई स्टेट बैंक ऑफ इंडिया की शाखा पर पहुंच गए थे। उन्होंने घटनास्थल का जायजा लिया और घटना करीबन 11:15 बजे हुई। बताया जाता है कि लुटेरों की संख्या 2 थी और वह सिख पगड़ी में थे। लुटेरों ने अपने चेहरे कपड़े से ढके हुए थे। ਜਿਹੜੀਆਂ ਕਿ ਨਾਭਾ ਔਰ ਪਟਿਆਲਾ ਪੁਲਿਸ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਇਮੀਡੀਏਟਲੀ ਮੌਕੇ 'ਤੇ ਹੀ ਸਾਰੀਆਂ ਸੋਲਵ ਕਰ ਪਰ ਅੱਜ ਦੀ ਜਿਹੜੀ ਹੈ ਉਹ ਇਸ ਤੋਂ ਵੀ ਜ਼ਿਆਦਾ ਉਹ ਆ ਕਿ ਮੌਕੇ 'ਤੇ ਹੀ 4 ਘੰਟੇ ਦੇ ਅੰਦਰ ਅੰਦਰ ਇਹ ਰਿਕਵਰੀ ਹੋ ਗਈ ਇਹਦੇ ਜਿਹੜੇ ਤੱਥ ਸਾਹਮਣੇ ਆਏ ਨੇ ਉਹਦੇ 'ਚ 2 ਅਕਿਊਜ਼ਡ ਜਿਹੜੇ ਫੜੇ ਗਏ ਹੈਗੇ ਨੇ ਇਹਨਾਂ ਦੇ ਮੈਂ ਤੁਹਾਨੂੰ ਨਾਮ ਦੱਸ ਦਿੰਦਾ ਹੈ ਇੱਕ ਜਗਦੇਵ ਸਿੰਘ ਏਰੀਆ 47 ਸਨ ਆਫ ਕਰਨੈਲ ਸਿੰਘ ਇਹ ਸੰਗਰੂਰ ਦੇ ਰਹਿਣ ਵਾਲੇ ਨੇ ਦੂਜਾ ਅਮਨਜੀਤ ਏਰੀਆ ਗੋਰੀ ਇਹ ਵੀ ਸੰਗਰੂਰ ਦੇ ਰਹਿਣ ਵਾਲੇ ਦੋਨੋਂ ਮੁਲਜ਼ਮ ਸੰਗਰੂਰ ਦੇ ਰਹਿਣ ਵਾਲੇ ਤੇ ਇਹਦੇ ਵਿੱਚ ਜਿਹੜੀ ਰਿਕਵਰੀ ਹੈਗੀ ਆ ਉਹ ਤੁਹਾਡੇ ਸਾਹਮਣੇ ਹੈਗੀ ਆ 50 ਲੱਖ ਦੇ ਦੀ ਰਿਕਵਰੀ ਹੈਗੀ ਆ ਔਰ ਇਹ ਸਟੇਟ ਬੈਂਕ ਆਫ ਇੰਡੀਆ ਦੀ ਜਿਹੜੀ ਬ੍ਰਾਂਚ ਆ ਨਾਭਾ ਗੇਟ ਪਟਿਆਲਾ ਗੇਟ ਦੀ ਸਟੇਟ ਬੈਂਕ ਦੀ ਬ੍ਰਾਂਚ ਤੋਂ ਪੈਸੇ ਕਢਾਏ ਗਏ ਸੀ ਔਰ ਕਢਾ ਕੇ ਇੰਡੀਗੋ ਕਾਰ ਦੇ ਵਿੱਚ ਲੈ ਕੇ ਜਾ ਰਹੇ ਸੀਗੇ ਜਦੋਂ ਦਾਣਾ ਮੰਡੀ ਕੋਲੇ ਇਹ ਵਾਰਦਾਤ ਹੋਈ ਕੋਈ 11:15 ਦੇ ਟਾਈਮ ਇਹ ਵਾਰਦਾਤ ਹੋਈ ਜਿਸ ਵਾਰਦਾਤ ਦੇ ਵਿੱਚ ਸਕਿਉਰਿਟੀ ਗਾਰਡ ਪ੍ਰੇਮ ਚੰਦ ਦੀ ਮੌਤ ਹੋ ਗਈ ਔਰ ਇਹ ਉੱਥੋਂ ਸਨੈਚ ਕਰਕੇ ਜਦੋਂ ਭੱਜੇ ਨੇ ਪਟਿਆਲਾ ਪੁਲਿਸ ਨੇ ਨਾਭਾ ਪੁਲਿਸ ਨੇ ਟੋਟਲ ਪ੍ਰੋਫੈਸ਼ਨਲਿਜ਼ਮ ਦਿਖਾਉਂਦੇ ਹੋ ਕਿ ਆਪਾਂ ਕਹੀਏ ਵੀ ਇੱਕ ਕਲਾਸਿਕ ਕਾਪੀ ਬੁੱਕ ਜੇ ਸਟਾਈਲ ਹੈਗਾ ਉਹ ਸਾਰਾ ਬੰਦਰ ਉਹਨਾਂ ਨੇ ਕੀਤਾ ਮੌਕੇ 'ਤੇ ਸਾਰੀ ਟੀਮ ਪਹੁੰਚੀ ਮੌਕੇ ਦਾ ਮਾਇਨਾ ਤੋਂ ਸ਼ੁਰੂ ਕੀਤਾ ਉੱਥੋਂ ਇਹਨਾਂ ਨੂੰ ਟੈਲੀਕਾਮ ਕਰਨਾ ਸ਼ੁਰੂ ਕੀਤਾ ਔਰ ਸਾਰੀਆਂ ਚੀਜ਼ਾਂ ਸਾਰੇ ਆਫੀਸਰ ਨੇ ਆਪਸ ਚ ਪਰਟਰੇਟ ਕਰਦੇ ਹੋਏ ਇਹਨਾਂ ਨੇ 4 ਘੰਟੇ ਦੇ ਅੰਦਰ ਅੰਦਰ ਇਹ 50 ਲੱਖ ਰਿਕਵਰ ਕਰ ਲਿਆ ਜਿਹੜਾ ਟੋਟਲ ਕੈਸ਼ ਜਿਹੜਾ ਖੋਇਆ ਗਿਆ ਸੀ 50 ਲੱਖ ਉਹ ਰਿਕਵਰ ਕਰ ਲਿਆ ਇੱਕ 12 ਬੋਰ ਦੀ ਗੰਨ ਜਿਹੜੀ ਆਪਣਾ ਪ੍ਰੇਮ ਚੰਦ ਉਹਨਾਂ ਦੀ ਗੰਨ ਸੀਗੀ ਉਹ ਵੀ ਖੋ ਕੇ ਲੈ ਗਏ ਸੀਗੇ ਉਹ ਵੀ ਰਿਕਵਰ ਕਰ ਲਈ ਬੁਲੇਟ ਮੋਟਰਸਾਈਕਲ ਜਿਸ ਦਾ ਕਿ ਪ੍ਰਯੋਗ ਕੀਤਾ ਗਿਆ ਸੀ ਉਹ ਰਿਕਵਰ ਕੀਤਾ 32 ਬੋਰ ਦਾ ਰਿਵਾਲਵਰ ਜਿਹੜਾ ਕ੍ਰਾਈਮ ਚ ਯੂਜ਼ ਕੀਤਾ ਗਿਆ ਸੀ ਜਿਹਦੇ ਨਾਲ ਲਜਾਇਜ਼ ਇਲਿਸਿਟ ਵੈਪਨ ਹੈਗਾ ਲਾਇਸੈਂਸਡ ਵੈਪਨ ਨਹੀਂ ਹੈਗਾ ਇਲਿਸਿਟ ਵੈਪਨ ਹੈਗਾ 32 ਬੋਰ ਦਾ ਇਹ ਰਿਵਾਲਵਰ ਵੀ ਰਿਕਵਰ ਕਰ ਲਿਆ ਪਲੱਸ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਕੱਪੜੇ ਚੇਂਜ ਕੀਤੇ ਹੋਏ ਸੀ ਉਹ ਜਿਹੜੇ ਵਾਰਦਾਤ ਦੇ ਵਿੱਚ ਕੱਪੜੇ ਆਏ ਸੀਗੇ ਉਹ ਵੀ ਇਹਨਾਂ ਨੇ ਰਿਕਵਰ ਕਰ ਸਰ ਇਹ ਸੀਕੁਐਂਸ ਕੀ ਰਿਹਾ ਜੀ ਮਤਲਬ ਇਹ ਜਿਹੜਾ ਪੈਸਾ ਸੀਗਾ ਕੋਈ ਕਢਾ ਕੇ ਲੈ ਕੇ ਜਾ ਰਿਹਾ ਸੀ ਜਾਂ ਬੈਂਕ ਦੀ ਬੈਂਕ ਦਾ ਹੀ ਪੈਸਾ ਸੀਗਾ ਉਹੀ ਜਾ ਰਿਹਾ ਸੀਗਾ ਜੀ ਇਹ ਬੈਂਕ ਦਾ ਹੀ ਪੈਸਾ ਸੀਗਾ ਬੈਂਕ ਦਾ ਪੈਸਾ ਇਹਨਾਂ ਦੇ ਜਿਹੜੇ ਕਲਾਕ ਹੈਗੇ ਨੇ ਅੰਤਰੇਸ਼ ਤੇ ਪ੍ਰੇਮਚੰਦ ਜਿਹੜੇ ਸਕਿਉਰਿਟੀ ਗਾਰਡ ਨੇ ਇਹ ਇੰਡੀਗੋ ਕਾਰ ਦੇ ਵਿੱਚ